ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਆਪਣੇ ਚੈਨਲ ਨਿਊ ਅਪਡੇਟਸ ਟੈਕਨੋਲੋਜੀ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਕੋਈ ਵੀ ਆਪਣੇ YouTube ਚੈਨਲ ਦੇ ਆਪਾਂ ਸਬਸਕ੍ਰਾਈਬ ਕਿਵੇਂ ਹਾਈਡ ਕਰ ਸਕਦੇ ਹਾਂ ਇਸ ਲਈ ਤੁਹਾਨੂੰ ਸਿਰਫ Chrome ਦੇ ਵਿੱਚ ਜਾਣਾ ਹੈ ਤੇ ਇਸ ਦੇ ਵਿੱਚ ਤੁਹਾਨੂੰ ਟਾਈਪ ਕਰਨਾ ਹੈ ਜੀ youtube.com ਠੀਕ ਹੈ ਜੀ ਜਦੋਂ ਤੁਹਾਨੂੰ ਟਾਈਪ ਕਰਤਾ ਤੁਸੀਂ ਆਪਣੇ ਚੈਨਲ ਦੇ ਹੋਮ ਪੇਜ ਤੇ ਆ ਜਾਓਗੇ ਉਸ ਤੋਂ ਬਾਅਦ ਆ ਸਾਈਡ ਵਾਲੇ ਕਲਿੱਕ ਕਰਕੇ ਜੇ ਇਹਨੂੰ ਪਹਿਲਾਂ ਡੈਸਕਟਾਪ ਮੋਡ ਕਰ ਲੈਣਾ ਜੀ ਆਪਾਂ ਆ ਲਓ ਜੀ ਇਹ ਡੈਸਕਟੌਪ ਮੋਡ ਹੋਣ ਤੋਂ ਬਾਅਦ ਤਾਂ ਨੇ ਜਿਹੜਾ ਆਪਣੇ ਚੈਨਲ ਦਾ ਲੋਗੋ ਨਜ਼ਰ ਆ ਰਿਹਾ ਇਸ ਤੇ ਕਲਿੱਕ ਕਰਨਾ ਹੈ ਆ ਦੇਖੋ ਇਸ ਤੇ ਵਿੱਚ ਤੁਸੀਂ ਆਪਣੇ ਯੂਅਰ ਚੈਨਲ ਤੇ ਕਲਿੱਕ ਕਰਨਾ ਹੈ ਜੀ ਯੂਅਰ ਚੈਨਲ ਤੇ ਕਲਿੱਕ ਕਰਨ ਤੋਂ ਬਾਅਦ ਆ ਜਿੱਥੇ ਕਸਟਮਾਈਜ਼ ਚੈਨਲ ਲਿਖਿਆ ਹੋਇਆ ਇਸ ਤੇ ਕਲਿੱਕ ਕਰਨਾ ਤੁਸੀਂ ਇਹ ਆਟੋਮੈਟਿਕ ਤੁਹਾਨੂੰ ਸਿੱਧਾ ਸਾਈਟ ਤੇ ਲੈ ਜਾਏਗਾ ਜੀ YouTube ਸਟੂਡੀਓ ਦੇ ਆਪਣੀ ਆਪ ਤਾਂ ਨੇ ਕੋਈ ਕੁਝ ਕਲਿੱਕ ਨਹੀਂ ਕਰਨਾ ਜੀ ਹਲੇ ਆਟੋਮੈਟਿਕ ਇਹ ਸਾਈਡ ਦੇ ਉੱਤੇ ਲੈ ਜਾਏਗਾ ਤੁਹਾਨੂੰ YouTube ਸਟੂਡੀਓ ਦੀ ਆ ਦੇਖੋ ਜੀ ਆ ਚੁੱਕੇ ਇਸ ਤੋਂ ਬਾਅਦ ਤੁਸੀਂ ਆਹ ਹੇਠੇ ਜਿਹੜੀ ਆਹ ਦਿਖ ਰਹੀ ਨੇ ਜੀ ਸੈਟਿੰਗ ਇਸ ਤੇ ਕਲਿੱਕ ਕਰਨਾ ਤੁਸੀਂ ਇਸ ਤੇ ਜਦੋਂ ਤੁਹਾਨੂੰ ਇਸ ਤੇ ਕਲਿੱਕ ਕਰਿਆ ਆ ਦੇਖੋ ਜੀ ਪਹਿਲਾਂ ਜਰਨਲ ਆ ਰਿਹਾ ਫਿਰ ਚੈਨਲ ਆ ਰਿਹਾ ਫਿਰ ਅਪਲੋਡ ਇਹ ਸਾਰੀ ਡਿਟੇਲ ਆ ਰਹੀ ਆ ਆਪਣੇ ਇਹਦੇ ਵਿੱਚ ਚੈਨਲ ਤੇ ਕਲਿੱਕ ਕਰਨਾ ਜੀ ਉਸ ਤੋਂ ਬਾਅਦ ਆ ਦੇਖੋ ਜੀ ਬੇਸਿਕ ਇਨਫੋਰਮੇਸ਼ਨ ਲਿਖਿਆ ਆ ਰਿਹਾ ਆ ਦੇਖੋ ਫਿਰ ਐਡਵਾਂਸ ਸੈਟਿੰਗ ਅੱਗੇ ਚੈਨਲ ਤੇ ਕਲਿੱਕ ਕਰਨ ਤੋਂ ਬਾਅਦ ਆ ਦੇਖੋ ਜੀ ਬੇਸਿਕ ਇਨਫੋਰਮੇਸ਼ਨ ਆ ਗਿਆ ਜੀ ਆਪਣੇ ਕੋਲ ਐਡਵਾਂਸ ਸੈਟਿੰਗ ਆ ਗਿਆ ਅੱਗੇ ਫੀਚਰ ਐਲੀਜੀਬਿਲਟੀ ਵੀ ਆ ਗਿਆ ਇਸ ਤੋਂ ਬਾਅਦ ਉਹਨੇ ਐਡਵਾਂਸ ਸੈਟਿੰਗ ਦੇ ਉੱਤੇ ਕਲਿੱਕ ਕਰਨਾ ਆ ਦੇਖੋ ਜੀ نیچے ਸਕਰੋਲ ਕਰਦੇ 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 ਜੀ ਆ ਦੇਖੋ ਜੀ ਕੀ ਲਿਖਿਆ ਹੈ ਆਟੋਮੈਟਿਕ ਕੈਪਸ਼ਨ ਆ ਲਿਖਿਆ ਹੈ ਜੀ ਸਬਸਕ੍ਰਾਈਬਰ ਕਾਊਂਟ ਇਹ ਜਦੋਂ ਆਪਣੇ ਲਿਖਿਆ ਹੋਇਆ ਜੀ ਡਿਸਪਲੇ ਨੰਬਰ ਆਫ ਆਪਣੇ ਤੇ ਕਲਿੱਕ ਕਰਾ ਜੀ ਵੀ ਹਾਂ ਡਿਸਪਲੇ ਹੋਣ ਸਾਰੇ ਸਬਸਕ੍ਰਾਈਬਰ ਹਰੇਕ ਨੂੰ ਦਿਖਣਾ ਜਦੋਂ ਤੁਸੀਂ ਇਸ ਤੇ ਕਲਿੱਕ ਕਰ ਦੋਗੇ ਆ ਦੇਖੋ ਜੀ ਇਸ ਤੋਂ ਬਾਅਦ ਤੁਹਾਨੂੰ ਸਿਰਫ ਸੇਵ ਤੇ ਕਲਿੱਕ ਕਰਨਾ ਹੈ ਜੀ ਇਸ ਤੋਂ ਬਾਅਦ ਹੁਣ ਇਹ ਤੁਹਾਡੀ ਸੈਟਿੰਗ ਸੇਵ ਹੋ ਚੁੱਕੀ ਹੈ ਇਸ ਤੋਂ ਬਾਅਦ ਇਹ ਸੇ ਚੈਨਲ ਦਾ ਕੋਈ ਵੀ ਸਬਸਕ੍ਰਾਈਬਰ ਪਬਲਿਕ ਨੂੰ ਨਹੀਂ ਦਿਖੂਗਾ ਜੀ ਸਿਰਫ ਤੁਹਾਨੂੰ ਤੁਹਾਨੂੰ ਸ਼ੋ ਹੋਊਗਾ ਜੀ ਧੰਨਵਾਦ ਜੀ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਇਸ ਚੈਨਲ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਜੀ ਇਹ ਚੈਨਲ ਤੇ ਆਪਾਂ ਸਿਰਫ ਓਨਲੀ ਜੋਬ ਬਾਰੇ ਪਾਇਆ ਕਰਾਂਗੇ ਜੀ ਜਿੱਥੇ ਤੁਹਾਨੂੰ ਹਰੇਕ ਪੰਜਾਬ ਦੀ ਹਰਿਆਣਾ ਦੀ ਏ ਟੂ ਜ਼ेड ਕੰਟਰੀਆਂ ਦੇ ਜੋਬਾਂ ਤੁਹਾਨੂੰ ਪਤਾ ਲੱਗ ਜਾਏ ਸਟੇਟਾਂ ਦੀਆਂ ਜੋਬਾਂ ਤੁਹਾਨੂੰ ਪਤਾ ਲੱਗ ਜਾ ਕਰੂਗਾ ਜੀ ਕਿਹੜੀ ਜੋਬ ਆ ਰਹੀ ਹੈ ਧੰਨਵਾਦ ਜੀ